सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। स्पेशल टास्क फोर्स की लुधियाना टीम ने आज नशा स्मगलरां दे खिलाफ विधि मुहिम तहत एक वड्डी सफलता हासिल करदिआं 4 नशा स्मगलरां नूं 25 करोड़ दी हेरोइन दे समेत गिरफ्तार कीता है। प्रेस कॉन्फ्रेंस दे दौरान STF दे IGP बलकार सिंह अते AIG स्नेहदीप शर्मा ने दस्या कि पुलिस नूं मुखबर खास ने सूचना दित्ती कि कुछ नशा स्मगलर अज जगराओं वल्लों हेरोइन दी वड्डी खेप लै के आ रहे ने, जिस ते तुरंत कार्रवाई करदे हुए STF दी टीम ने गुरुद्वारा नानकसर साहिब जगराओं दे कोल 4 नशा स्मगलरां नूं काबू कीता। इन्हां मुलजमां कोलों 5 किलो 392 ग्राम हेरोइन 21,04,950 रुपए दी ड्रग मनी अते एक 32 बोर दा रिवॉल्वर, एक 12 बोर दी पंप एक्शन गन अते एक 315 बोर दी रिवॉल्वर बरामद कीती गई है। पुलिस ने मुलजमां दी पहचान गिरोह दे मुखी साबका सरपंच गुरदीप सिंह राणो वासी पायल, रवेज वासी महावीर कॉलोनी बाड़ेवाल अवाणा लुधियाना, इकबाल सिंह वासी राणो अते रणदीप सिंह वासी खन्ना वजों कीती गई है, जिन्हां खिलाफ STF मोहाली विच NDPS एक्ट दे तहत मुकदमा दर्ज कीता गया है। ਲੁਧਿਆਣਾ ਅਤੇ ਬਾਰਡਰ ਰੇਂਜ ਸਾਡੇ ਜਿਹੜੀ ਹੈਗਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਸੀਗਾ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 200 KG ਦੇ ਕਰੀਬ ਜਿਹੜੀ ਹੈਰੋਇਨ ਕਵਰ ਹੋਈ ਸੀ। ਉਸੇ ਦੇ ਅੱਗੇ ਜਿਹੜਾ ਸੀਗਾ ਨੈਟਵਰਕ ਜਿਹੜਾ ਸੀ ਤਨਵੀਰ ਸਿੰਘ ਬੇਦੀ ਹੈ ਆਸਟ੍ਰੇਲੀਆ ਤੋਂ, ਕੁਛ ਬੰਦੇ ਉਹਦੇ ਨਾਲ ਹੋਰ ਹੈਗੇ ਜਿਹੜੇ ਫੋਰਨਰ ਹੈਗੇ ਉਹ ਚਲਾ ਰਹੇ ਸੀਗੇ। ਉਸੇ ਦੇ ਸਿਲਸਿਲੇ ਜਿਹੜੀ ਸਾਡੀ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜੁਆਇੰਟ ਆਪਰੇਸ਼ਨ ਚੱਲ ਰਹੀ ਸੀ। ਉਸ ਜੁਆਇੰਟ ਆਪਰੇਸ਼ਨ ਦੇ ਚੱਲਦਿਆਂ ਅਸੀਂ ਜਿਹੜੇ ਹੈਗੇ 4 ਬੰਦੇ ਅਰੈਸਟ ਕੀਤੇ, ਜਿਨ੍ਹਾਂ 'ਚ ਇੱਕ ਗੁਰਦੀਪ ਸਿੰਘ ਹੈ ਰਾਣੋ ਦਾ, ਦੂਸਰਾ ਇਕਬਾਲ ਸਿੰਘ ਉਹ ਵੀ ਰਾਣੋ ਦਾ ਹੈਗਾ, ਔਰ ਰਵੇਜ ਸਿੰਘ ਹੈ ਇੱਥੋਂ ਲੁਧਿਆਣੇ ਦਾ ਰਹਿਣ ਵਾਲਾ, ਔਰ ਇੱਕ ਰਣਦੀਪ ਰਣੀ ਹੈ ਜੋ ਖੰਨੇ ਤੋਂ। ਔਰ ਇਹਨਾਂ ਤੋਂ ਅਸੀਂ ਜਿਹੜੀ ਹੈਗੀ ਹੈ 5 ਕਿਲੋ 392 ਗ੍ਰਾਮ ਜਿਹੜੀ ਹੈ ਰਿਕਵਰ ਕੀਤੀ ਹੈਗੀ ਹੈ, 3 ਵੈਪਨ ਰਿਕਵਰ ਕੀਤੇ ਨੇ, 8 ਜਿਹੜੀਆਂ ਹਾਈ ਐਂਡ ਗੱਡੀਆਂ ਜਿਨ੍ਹਾਂ ਦੇ ਵਿੱਚ ਨੋਵਾ, ਮਰਸਡੀਜ਼, BMW, AC, ਆਡੀ Q7 ਰਿਕਵਰ ਕੀਤੀ ਹੈ। ਕੈਸ਼ 21 ਲੱਖ ਰੁਪਇਆ ਕੈਸ਼ ਹੈ। ਇਹ ਗੁਰਦੀਪ ਸਰਪੰਚ ਜਿਹੜਾ ਹੈਗਾ ਉਹਦੇ ਵੱਲੋਂ ਹੈਗੀਆਂ ਹੈਗੀਆਂ, ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਕਿਹਦੇ ਨਾਮ 'ਤੇ ਕਿਵੇਂ ਹੈ ਉਹ ਫਰਦਰ ਇਨਵੈਸਟੀਗੇਸ਼ਨ। ਸਰ ਬਹੁਤ ਮਹਿੰਗੀਆਂ ਇਨਵੈਸਟੀਗੇਸ਼ਨ ਸਰ ਨਹੀਂ ਇਹਦਾ ਕੁਝ ਪਤਾ ਨਹੀਂ ਲੱਗਾ। ਐਕਸ ਸਰਪੰਚ ਕਹਿੰਦੇ ਉਹਨੂੰ, ਸਰਪੰਚ ਕਹਿ ਰਹੇ ਹੈਗੇ ਨਾਲ ਜਿਵੇਂ ਤਲਕਸ ਲੱਗਿਆ ਹੋਇਆ ਸਰਪੰਚ ਹੈਗਾ ਉਹ, ਅਸੀਂ ਸਾਡਾ ਫਰਦਰ ਇਨਵੈਸਟੀਗੇਸ਼ਨ ਵੀ ਕੀਤੀ।